ਆਪ ਨੇ ਤਾਂ ਹਰਕਿਸ਼ਨ ਸਿੰਘ ਆਹਲੂਵਾਲੀਆ ਅਕਾਲੀ ਦਲ 'ਚ ਸ਼ਾਮਲ। ਜਲੰਧਰ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਜਲੰਧਰ ਛਾਉਣੀ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਚੁੱਕੇ ਹਰਕਿਸ਼ਨ ਸਿੰਘ ਆਹਲੂਵਾਲੀਆ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਖੁਦ ਹਰਕਿਸ਼ਨ ਸਿੰਘ ਆਹਲੂਵਾਲੀਆ ਦੇ ਘਰ ਜਾ ਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਹਰਕਿਸ਼ਨ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਕੁੱਟਣ ਮਹਿਸੂਸ ਹੋ ਰਹੀ ਸੀ, ਜਿਸ ਕਰਕੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਵਿਸ਼ਵਾਸ ਪਾਉਣਾ ਕਿ ਬਿਲਕੁਲ ਨੌਨ ਕਮਿਟਿਡ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਿਹਾ। ਜਿੱਥੇ ਜਿੱਥੇ ਵੀ ਮੇਰੀ ਡਿਊਟੀ ਲਾਊਗੀ ਪਾਰਟੀ, ਮੈਂ ਤਨਦੇਹੀ ਨਾਲ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ 'ਚ ਹਰ ਵੇਲੇ ਹਾਜ਼ਰ ਰਹੂੰਗਾ। ਔਰ ਜਿਹੜੀਆਂ ਪਾਰਟੀ ਦੀਆਂ ਪੋਲਿਸੀਜ਼ ਆ, ਪਿਛਲੇ 11 ਮਾਰਚ ਨੂੰ ਅਸੀਂ ਰਿਜ਼ਲਟ ਆਇਆ ਤਾਂ ਉਹ ਤੋਂ ਅੱਜ ਤੱਕ ਜੋ ਪਾਰਟੀ ਦੀਆਂ ਪੋਲਿਸੀਜ਼ ਅਸੀਂ ਦੇਖੀਆਂ, ਮੈਨੂੰ ਅੱਗੇ ਪ੍ਰੈਸ ਵਾਲੇ ਵੀ ਜਿਨ੍ਹਾਂ ਨੇ ਵੀ ਵਾਇਸ ਲਈ ਮੈਂ ਇਹੀ ਗੱਲ ਕਹੀ। ਇਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਤੁਸੀਂ ਆਮ ਆਦਮੀ ਪਾਰਟੀ ਕਿਉਂ ਛੱਡ ਰਹੇ ਹੋ। ਮੈਂ ਕਦੇ ਵੀ ਰਾਜਨੀਤਿਕ ਨਹੀਂ ਸੀ, ਛੋਟੀ ਉਮਰ ਦੇ ਵਿੱਚ ਬਿਜ਼ਨਸ ਦੇ ਵਿੱਚ ਪੈ ਕੇ ਆਪਣਾ ਬਿਜ਼ਨਸ ਅਸਟੈਬਲਿਸ਼ ਕੀਤਾ ਔਰ ਕੋਈ ਪੈਸੇ ਕਮਾਉਣ ਦੀ ਚਾਹ ਨਾਲ ਮੈਂ ਕਦੇ ਰਾਜਨੀਤੀ ਨਹੀਂ ਸੀ ਜੁਆਇਨ ਕੀਤੀ, ਇੱਕ ਸੋਚ ਨਾਲ ਜੁੜਿਆ ਸੀ। ਪਰ ਜਦੋਂ ਉਹ ਸੋਚ ਕਰਪਸ਼ਨ ਦਾ ਰੂਪ ਧਾਰ ਗਈ, ਉਸ ਟਾਈਮ ਇੱਕ ਮਨ ਇੱਕ ਦਿਲ ਘੁੱਟਣ ਲੱਗ ਗਿਆ, ਸਾਹ ਘੁੱਟਣ ਲੱਗ ਗਿਆ ਅੰਦਰ, ਅਤੇ ਇੱਕ ਇੱਦਾਂ ਦਾ ਪਲੈਟਫਾਰਮ ਲੱਭਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਉਪਲਬਧੀਆਂ ਦੇਖੀਆਂ, ਰੀਅਲੀ ਫਰੋਮ ਦੀ ਕੋਰ ਆਫ ਮਾਈ ਹਾਰਟ ਆਈ ਸਲਿਊਟ ਸ਼੍ਰੋਮਣੀ ਅਕਾਲੀ ਦਲ, ਆਈ ਸਲਿਊਟ ਮਾਈ ਆਈਡਲ ਮਾਈ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਸਰ ਸੁਖਬੀਰ ਸਿੰਘ ਬਾਦਲ। ਜਦੋਂ ਮੈਂ ਇਸ ਪਾਰਟੀ ਦੀਆਂ ਉਪਲਬਧੀਆਂ ਦੇਖੀਆਂ, ਔਰ ਅੱਜ ਦੀਆਂ ਨਹੀਂ, ਪਿਛਲੇ 10 ਸਾਲ ਦੀਆਂ ਨਹੀਂ, ਪਿਛਲੇ ਸਮੇਂ 'ਚ ਚੱਲ ਪਓ, ਜਦੋਂ ਪਾਕਿਸਤਾਨ ਨਾਲ ਵੰਡ ਹੋਈ ਉਦੋਂ, ਜਾਂ ਜਦੋਂ ਐਮਰਜੈਂਸੀ ਲੱਗੀ ਉਦੋਂ ਕੀ ਸ਼੍ਰੋਮਣੀ ਅਕਾਲੀ ਦਲ ਦੇ ਮਹਾਨ ਯੋਧਿਆਂ ਵੱਲੋਂ ਕੀਤਾ ਗਿਆ, ਮੇਰਾ ਸਲਿਊਟ ਹੈ। ਔਰ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਇੱਕ ਵਾਰ ਫਿਰ ਤੋਂ ਸਰ ਸੁਖਬੀਰ ਸਿੰਘ ਜੀ ਬਾਦਲ ਦੇ ਦੋਵੇਂ ਹੱਥ ਜੋੜ ਕੇ, ਚਰਨਾਂ ਨੂੰ ਹੱਥ ਲਾ ਕੇ ਮੈਂ ਇਹਨਾਂ ਦਾ ਥੈਂਕਸ ਕਰਦਾ, ਧੰਨਵਾਦ ਕਰਦਾ, ਜੋ ਇਹਨਾਂ ਨੇ ਆਪਣੇ ਪਰਿਵਾਰ 'ਚ ਅੱਜ ਸ਼ਾਮਲ ਕਰਾ ਕੇ ਮੈਨੂੰ ਮਾਣ ਬਖਸ਼ਿਆ। ਮੈਂ ਹਮੇਸ਼ਾ ਯਾਦ ਰੱਖੂੰਗਾ ਔਰ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰੂੰਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਹਰਕਿਸ਼ਨ ਸਿੰਘ ਆਹਲੂਵਾਲੀਆ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਆਮ ਆਦਮੀ ਪਾਰਟੀ ਦੇ ਇਲੈਕਸ਼ਨ ਵੀ ਲੜੇ, ਦੁਆਬੇ 'ਚ ਉਹਨਾਂ ਦਾ ਬੜਾ ਹੋਲਡ, ਬੜਾ ਨਾਂ, ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਏ ਆ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਜੀ ਆਏ ਕਰਦਾ, ਵੈਲਕਮ ਕਰਦਾ। ਵਾਲੀਆ ਸਾਹਿਬ ਜਦੋਂ ਮੈਨੂੰ ਮਿਲੇ, ਇੱਕ ਬਹੁਤ ਹੀ ਨੇਕ ਇਨਸਾਨ, ਇਹਨਾਂ ਦੀ ਵੱਡੀ ਕਾਬਲੀਅਤ ਹੈ ਕਿ ਕਹਿੰਦੇ ਜੀ ਮੈਂ, ਮੇਰੀ ਕੋਈ ਸ਼ਰਤ ਨਹੀਂ, ਮੈਂ ਤੁਹਾਡੀ ਪੋਲਿਸੀਜ਼ ਨਾਲ, ਤੁਹਾਡੇ ਨਾਲ ਮੈਂ ਬੜਾ ਇੰਪ੍ਰੈਸ ਹੋਇਆ ਅਤੇ ਮੈਂ ਦਿਲੋਂ ਜੁਆਇਨ ਕਰਨਾ ਚਾਹੁੰਦਾ। ਨਹੀਂ ਤਾਂ ਕੋਈ ਲੋਕ ਜੁਆਇਨ ਕਰਦੇ ਕੋਈ ਨਾ ਕੋਈ ਸ਼ਰਤ ਕੰਡੀਸ਼ਨ ਰੱਖਦੇ ਹੈ, ਪਰ ਵਾਲੀਆ ਸਾਹਿਬ ਦੀ ਮੈਂ ਜਦੋਂ ਪਰਸਨੈਲਿਟੀ ਨੂੰ ਦੇਖਿਆ, ਉਹਨਾਂ ਦੇ ਜਿਹੜੀ ਮੈਂ ਕੰਮ ਕਰਨ ਦੇ ਤਰੀਕੇ ਨੂੰ ਦੇਖਿਆ, ਅਤੇ ਮੈਂ ਕਿਹਾ ਸਾਨੂੰ ਵੀ ਅਜਿਹੇ ਹੀਰੇ ਚਾਹੀਦੇ ਪਾਰਟੀ 'ਚ ਜਿਹਨਾਂ ਸਾਡੀ ਪਾਰਟੀ ਨੂੰ ਦੁਆਬੇ 'ਚ ਜ਼ਿਆਦਾ ਸਟਰੈਂਥ ਮਿਲੇ। ਅੱਜ ਉਹ ਆਪਣੀ ਸਮੁੱਚੀ ਟੀਮ ਨਾਲ, ਸਾਰੀ ਟੀਮ ਨੂੰ ਮੈਂ ਵੈਲਕਮ ਕਰਦਾ। ਵਾਲੀਆ ਜੀ ਨੂੰ ਪਾਰਟੀ 'ਚ ਵਧੀਆ ਸਥਾਨ ਦਿੱਤਾ ਜਾਊਗਾ, ਇਹਨਾਂ ਨੂੰ ਪੂਰਾ ਭਰਾਵਾਂ ਵਾਂਗੂ ਰੱਖਿਆ ਜਾਊਗਾ।